ਅਕੈਡਮੀ ਚੱਲ ਰਹੀਆਂ ਇਹਨਾਂ ਦੇ ਨਾਲ ਅਸੀਂ ਆਉਣ ਵਾਲੇ ਕੱਲ ਦਾ ਅਸੀਂ ਨਿਰਮਾਣ ਕਰ ਸਕਦੇ। ਸੋ ਮੈਂ ਪਿੰਡ ਵਾਲਿਆਂ ਨੂੰ, ਸਾਥੀ ਸੱਜਣਾਂ ਨੂੰ, ਸੰਯੋਗ ਕਰਨ ਵਾਲਿਆਂ ਨੂੰ ਔਰ ਖਾਸ ਕਰਕੇ ਅਧਿਆਪਕ ਸਾਹਿਬਾਨ ਤੇ ਕੋਚਿਸ ਸਾਹਿਬਾਨਾਂ ਨੂੰ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਇਹੋ ਜਿਹੇ ਉੱਦਮ ਤੇ ਇਹੋ ਜਿਹੇ ਉਪਰਾਲੇ ਸਾਨੂੰ ਕਰਦੇ ਰਹਿਣੇ ਚਾਹੀਦੇ ਔਰ ਅੱਜ ਪੂਰੇ ਪੰਜਾਬ ਨੂੰ ਇਹੋ ਜਿਹੇ ਉਪਰਾਲਿਆਂ ਦੀ ਲੋੜ ਹੈ। ਜਿਸ ਪ੍ਰਕਾਰ ਜਿਹੜਾ ਸਾਡਾ ਪੰਜਾਬ ਹੈ ਉਹ ਨਸ਼ੇ ਦੀ ਦਲਦਲ ਦੇ ਵੱਲ ਵੱਧ ਰਿਹਾ ਔਰ ਅਗਰ ਸਮੇਂ ਸਿਰ ਹੀ ਅਗਰ ਬੱਚਿਆਂ ਨੂੰ ਇਸ ਕੰਮ ਤੇ ਲਾ ਦਿੱਤਾ ਜਾਵੇ ਔਰ ਪ੍ਰੇਰਿਤ ਕਰ ਲਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਅਸੀਂ ਇਸ ਬਿਮਾਰੀ ਤੋਂ, ਇਸ ਮੁਸ਼ਕਿਲ ਕੰਮ ਤੋਂ ਸਾਨੂੰ ਰਾਹਤ ਮਿਲ ਸਕਦੀ ਹੈ। ਨਹੀਂ ਤਾਂ ਸਰਕਾਰਾਂ ਆਉਂਦੀਆਂ ਚਲੀਆਂ ਜਾਂਦੀਆਂ, ਬਹੁਤ ਸਾਰੇ ਵਾਅਦੇ ਕਰਦੀਆਂ, ਉਹ ਸਾਰੇ ਵਾਅਦੇ ਪੂਰੇ ਨਹੀਂ ਹੁੰਦੇ। ਸਾਨੂੰ ਸਾਰੇ ਲੋਕਾਂ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਪਏਗਾ। ਅਗਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਕਰਨਾ ਤਾਂ ਇਹਦੇ ਵਿੱਚ ਹਰ ਵਿਅਕਤੀ ਦਾ ਸੰਯੋਗ ਜ਼ਰੂਰੀ ਹੈ, ਨਾਲ ਨਾਲ ਉਹਨੂੰ ਆਪਦੇ ਪੰਜਾਬ ਨਾਲ, ਆਪਦੇ ਇਲਾਕੇ ਨਾਲ, ਆਪਦੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ। ਕਿਉਂਕਿ ਜਿੰਨਾ ਚਿਰ ਉਹ ਪਿਆਰ ਨਹੀਂ ਹੈ, ਅਸੀਂ ਇਹ ਸਮਝਦੇ ਕਿ ਇਹ ਸਰਕਾਰੀ ਕੰਮ ਹੈ, ਸਰਕਾਰੀ ਕੋਈ ਕੰਮ ਨਹੀਂ ਹੈ, ਇਹ ਸਰਕਾਰੀ ਗਰਾਊਂਡ ਨਹੀਂ ਹੈ, ਇਹ ਸਾਡਾ ਆਪਣਾ ਗਰਾਊਂਡ ਹੈ। ਅਸੀਂ ਕਿਤੇ ਨਾ ਕਿਤੇ ਜਿਹੜੀਆਂ ਸਰਕਾਰੀ ਸੰਸਥਾਵਾਂ, ਸਰਕਾਰੀ ਚੀਜ਼ਾਂ ਉਹਨਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ, ਅਸੀਂ ਆਪਣੇ ਘਰ ਦੇ ਵਾਂਗ ਉਹਨਾਂ ਚੀਜ਼ਾਂ ਦੀ ਰਾਖੀ ਨਹੀਂ ਕਰਦੇ। ਚਾਹੇ ਬੱਸ ਦਾ ਡਰਾਈਵਰ ਹੈ, ਜੇ ਉਹਦੀ ਆਪਦੀ ਬੱਸ ਹੈ ਤਾਂ ਬਹੁਤ ਸਾਂਭ ਕੇ ਚਲਾਉਂਦਾ, ਪਰ ਜੇ ਸਰਕਾਰੀ ਬੱਸ ਹੈ ਤਾਂ ਫਿਰ ਉਹ ਸਾਂਭ ਕੇ ਨਹੀਂ ਚਲਾਉਂਦਾ, ਫਿਰ ਉਹਨੂੰ ਸਾਫ਼ ਵੀ ਨਹੀਂ ਕਰਦਾ, ਉਹਦੇ ਤੇ ਕੱਪੜਾ ਵੀ ਨਹੀਂ ਮਾਰਦਾ। ਜੇ ਆਪਣਾ ਸਕੂਲ ਹੈ ਤਾਂ ਅਧਿਆਪਕ ਉਹਦੀ ਬਹੁਤ ਸਾਫ਼ ਸੁਥਰਾ ਰੱਖਣਗੇ, ਉਪਰਾਲੇ ਕਰਨਗੇ, ਲੇਕਿਨ ਜੇ ਸਰਕਾਰੀ ਸਕੂਲ ਹੈ ਤਾਂ ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਭਾਵ ਆ ਜਾਂਦਾ। ਇਹ ਨਹੀਂ ਸਾਡੇ ਕੋਲੇ ਵੀ ਹੈ, ਸਰਕਾਰੀ ਗੱਡੀ ਦੇ ਪ੍ਰਤੀ ਸਾਡੀ ਰੁਝਾਨ ਹੋਰ ਹੈ, ਆਪਦੀ ਗੱਡੀ ਦੇ ਪ੍ਰਤੀ ਸਾਡਾ ਰੁਝਾਨ ਹੋਰ ਹੈ। ਸੋ ਇਹ ਗੱਲ ਆਉਣੀ ਜ਼ਰੂਰੀ ਹੈ ਸਾਡੇ ਦੇਸ਼ ਦੇ ਅੰਦਰ, ਸਾਡੇ ਪੰਜਾਬ ਦੇ ਲੋਕਾਂ ਦੇ ਅੰਦਰ ਕਿ ਹਰ ਸਰਕਾਰੀ ਚੀਜ਼ ਸਾਡੀ ਚੀਜ਼ ਹੈ, ਉਹ ਸਾਡੇ ਪੈਸੇ ਨਾਲ ਬਣੀ ਵੀ ਚੀਜ਼। ਅਗਰ ਕਿਤੇ ਰੈਵੋਲੂਸ਼ਨ ਆ ਜਾਏ ਕਿ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀਆਂ ਸਮਝੀਏ, ਪਾਣੀ ਦੀ ਟੈਂਕੀ ਸਾਡੀ ਆਪਣੀ ਹੈ, ਇਹ ਸੜਕ ਤੇ ਜਿੱਥੇ ਗੰਦ ਪਾ ਰਹੇ ਆਪਣਾ ਹੈ, ਇਹ ਸਰਕਾਰੀ ਹਸਪਤਾਲ ਸਾਡਾ ਹੈ, ਸਰਕਾਰ ਦਾ ਨਹੀਂ ਹੈ, ਕਿਉਂਕਿ ਉਹ ਸਾਡੇ ਪੈਸੇ ਨਾਲ ਬਣਿਆ ਵੀ ਹੈ। ਤੇ ਸੂਬਾ ਤੇ ਸਾਡੇ ਪਿੰਡ ਤੇ ਸਾਡਾ ਪੰਜਾਬ ਇਹ ਤਰੱਕੀ ਕਰ ਸਕਦਾ, ਇਹ ਛੱਪੜ ਸਾਡਾ ਹੈ, ਇਹ ਧਰਮਸ਼ਾਲਾ ਸਾਡੀ ਹੈ, ਇਹ ਭਾਵਨਾ ਆਉਣੀ ਬੜੀ ਜ਼ਰੂਰੀ ਹੈ। ਮੈਂ ਅਮਰੀਕਾ ਗਿਆ ਸੀ 2002 ਚ ਪਹਿਲੀ ਵਾਰੀ, ਤੇ ਉਦੋਂ ਉਸਾਮਾ ਬਿਨ ਲਾਦੇਨ ਨੇ ਉਹ ਜਿਹੜਾ ਜਹਾਜ਼ ਮਾਰੇ ਸੀ ਉਹ ਮਾਰੇ ਵੇ ਸੀ। ਬਿਲਡਿੰਗ ਮੈਂ ਵੇਖਣ ਗਿਆ, ਨਿਊਯਾਰਕ ਦੇ ਵਿੱਚ ਮੈਂ ਉਤਰਿਆ ਤੇ ਉਹਨਾਂ ਨੇ ਕਾਫੀ ਚੈਕਿੰਗ ਚੁਕਿੰਗ ਸੀ, ਹਰ ਘਰ ਤੇ ਝੰਡਾ ਲੱਗਿਆ ਸੀ ਤੇ ਲਿਖਿਆ ਸੀ ਗੋਡ ਬਲੈਸ ਅਮੈਰੀਕਾ, ਹਰ ਘਰ ਤੇ ਦੇਸ਼ ਦਾ ਝੰਡਾ, ਇਹ ਭਾਵਨਾ ਸੀ ਉਹਨਾਂ ਲੋਕਾਂ ਦੀ। ਔਰ ਦੇਸ਼ ਦੇ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਜ਼ਮੀਨ ਜਾਇਦਾਦ ਜੋ ਹੈ ਅਸੀਂ ਦੇਸ਼ ਲਈ ਦੇਣ ਲਈ ਤਿਆਰ ਹਾਂ, ਆਪਦੇ ਸਿਉਣੇ ਗਹਿਣੇ ਪੈਸਾ, ਅਗਰ ਦੇਸ਼ ਨੂੰ ਜ਼ਰੂਰਤ ਹੋਏ। ਔਰ ਇਹ ਭਾਵਨਾ ਆਉਣੀ ਜ਼ਰੂਰੀ ਹੈ ਸਾਡੇ ਲੋਕਾਂ ਦੇ ਵਿੱਚ, ਔਰ ਜੇ ਇਹ ਭਾਵਨਾ ਨਹੀਂ ਤਾਂ ਫਿਰ ਕੰਮ ਨਹੀਂ ਚੱਲੇਗਾ। ਲੋਕ ਕਰਪਸ਼ਨ ਦੀ ਗੱਲ ਕਰਦੇ ਆ, ਕੋਈ ਜੇਈ ਪੈਸੇ ਲੈ ਰਿਹਾ,
ਕੋਈ ਐਸਡੀਓ ਪੈਸੇ ਲੈ ਰਿਹਾ, ਕੋਈ ਲੀਡਰ ਪੈਸੇ ਲੈ ਰਿਹਾ, ਕੋਈ ਇੰਸਪੈਕਟਰ ਪੈਸੇ ਲੈ ਰਿਹਾ, ਕੌਣ ਹੈ ਉਹ? ਪਟਵਾਰੀ ਪੈਸੇ ਲੈ ਲਿਆ, ਕੌਣ ਹੈ? ਤੁਹਾਡੇ ਬੱਚੇ ਹੈ? ਇਹ ਪਿੰਡਾਂ ਦੇ ਜ਼ਿਮੀਦਾਰਾਂ ਦੇ ਜਾਂ ਗਰੀਬ ਲੋਕਾਂ ਦੇ ਮੁੰਡੇ ਆ ਜਿਹੜੇ ਸਰਕਾਰੀ ਨੌਕਰੀਆਂ ਤੇ ਲੱਗੇ? ਜੇ ਇਹ ਸਾਰੇ ਇਹ ਗੱਲ ਧਈਆ ਕਰ ਲੈਣ ਕਿ ਅਸੀਂ ਕਰਪਸ਼ਨ ਨਹੀਂ ਕਰਾਂਗੇ ਤਾਂ ਫਿਰ ਕਰਪਸ਼ਨ ਖਤਮ ਹੋ ਜਾਏਗੀ? ਇਹ ਹੌਲੀ ਹੌਲੀ ਅਸੀਂ ਇਸ ਤਰ੍ਹਾਂ ਸਮਾਜ ਨੂੰ ਦੀ ਸਿਰਜਣਾ ਕੋਸ਼ਿਸ਼ ਕਰਨੀ ਹੈ, ਕਿਉਂਕਿ ਕੱਲ ਯੁੱਗ ਹੈ, ਬੜਾ ਔਖਾ ਸਮਾਂ ਹੈ, ਹਰ ਵਿਅਕਤੀ ਨੂੰ ਪੈਸੇ ਦੀ ਚਾਹਨਾ ਬਹੁਤ ਹੈ। ਅਲਟੀਮੇਟਲੀ ਤਾਂ ਜੇਈ, ਪਟਵਾਰੀ, ਤਹਿਸੀਲਦਾਰ, ਇੰਸਪੈਕਟਰ, SHO, ਪੁਲਿਸ ਵਾਲਾ, ਚਲਾਨ ਕੱਟਣ ਵਾਲਾ ਕੌਣ ਹੈ? ਪੰਜਾਬੀ ਲੋਕ ਹੈ। ਉਹ ਲੱਗਦਾ ਸਾਰ ਉਹਨਾਂ ਨੂੰ ਲੱਗਦਾ ਕਿ ਮੇਰਾ ਘਰ ਭਰ ਜੇ, ਬਾਕੀ ਪੰਜਾਬ ਖਾਲੀ ਹੁੰਦਾ ਤਾਂ ਹੋ ਜਾਏ। ਸੋ ਇਹ ਭਾਵਨਾ ਨੂੰ ਅਸੀਂ ਬਦਲਣਾ ਪਏਗਾ। ਇਹ ਹੌਲੀ ਹੌਲੀ ਸਮਾਂ ਲੱਗੇਗਾ, ਔਰ ਅਗਰ ਇਹ ਭਾਵਨਾ ਆ ਜਾਏਗੀ ਤਾਂ ਫਿਰ ਗੱਲ ਬਣ ਜਾਏਗੀ ਇਸ ਦੇਸ਼ ਦੀ ਔਰ ਇਸ ਪੰਜਾਬ ਦੀ। ਗੁਰਦੁਆਰੇ ਕੋਈ ਮੱਥਾ ਟੇਕਣ ਜਾਂਦਾ, ਕੋਈ ਜੁੱਤੇ ਚੱਕਣ ਜਾਂਦਾ। ਸੋ ਗੱਲ ਭਾਵਨਾ ਵੀ ਹੈ। ਇਹ ਸਰਕਾਰਾਂ ਨਹੀਂ ਇਸ ਗੱਲ ਨੂੰ ਬਦਲ ਸਕਦੀਆਂ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਜਿੰਨਾ ਚਿੱਕਰ ਇਹ ਭਾਵਨਾ ਹਰ ਵਿਅਕਤੀ ਚ ਨਹੀਂ ਆਉਂਦੀ। ਅੱਜ ਵੀ ਸਮਾਜ ਦੇ ਅੰਦਰ ਐਸੇ ਵਿਅਕਤੀ ਹੈ, ਤੁਸੀਂ ਸੰਧੂ ਸਾਹਿਬ ਇਸ ਕੋਚ ਸਾਹਿਬ ਦੀ ਗੱਲ ਕਰ ਰਹੇ। ਮੈਂ ਅੱਜ ਕਾਫੀ ਬਠਿੰਡੇ ਚੋਂ ਇਲੈਕਸ਼ਨ ਲੜਿਆ, ਗਿੱਦੜਵਾ ਚ ਲੜਿਆ, ਮੈਂ ਪੰਜਾਬ ਚ ਕਈ ਥਾਂ ਤੇ ਜਾਣ ਦਾ ਮੌਕਾ ਮਿਲਿਆ, ਲੇਕਿਨ ਮੈਨੂੰ ਇਹੋ ਜਿਹਾ ਗਰਾਊਂਡ ਵੇਖਣ ਨੂੰ ਨਹੀਂ ਮਿਲਿਆ। ਇਹ ਭਾਵਨਾ ਨਾਲ ਬਣਿਆ ਹੋਇਆ ਗਰਾਊਂਡ ਹੈ। ਕੋਈ ਇਹ ਨਹੀਂ ਗਾ ਕਿ ਇੱਥੇ ਬਹੁਤ ਸਾਰੇ ਪੈਸੇ ਆ ਰਹੇ। ਮੈਂ ਬੱਚਿਆਂ ਨੂੰ ਵੇਖਿਆ ਡਿਸਿਪਲਿਨ ਚ ਖੜੇ ਹੈ, ਕਿੰਨੇ ਬੱਚੇ। ਇਹ ਹਰ ਪਿੰਡ ਚ ਤਿਆਰ ਹੋ ਸਕਦੇ ਹੈ, ਇਹ ਗਿੱਦੜਵਾ ਕਿਉਂ ਨਹੀਂ ਤਿਆਰ ਹੋ ਸਕਦੇ? ਇਹ ਮੁਕਤਸਰ ਕਿਉਂ ਨਹੀਂ ਤਿਆਰ ਹੋ ਸਕਦੇ? ਬਠਿੰਡੇ ਕਿਉਂ ਨਹੀਂ ਹੋ ਸਕਦੇ? ਇਹੋ ਜਿਹੀਆਂ ਅਕੈਡਮੀ ਹਰ ਪਿੰਡ ਚ ਕਿਉਂ ਨਹੀਂ ਤਿਆਰ ਹੋ ਸਕਦੀਆਂ? ਲੇਕਿਨ ਭਾਵਨਾ ਨਹੀਂ ਹੈ ਪਿੰਡ ਵਾਲਿਆਂ ਦੀ, ਭਾਵਨਾ ਨਹੀਂ ਹੈ ਸਾਡੇ ਕੋਚਿਸ ਦੀ। ਉਹ ਕੋਚ ਆਉਂਦਾ ਮੇਰੇ ਵਰਗਾ, ਆਪਦਾ ਕੰਮ ਕਰਕੇ ਦਿਹਾੜੀ ਪਾ ਕੇ ਚਲਾ ਜਾਂਦਾ ਹੈ। ਸੋ ਜਿੰਨਾ ਚਿਕਰ ਇਹ ਭਾਵਨਾ ਨਹੀਂ ਆਏਗੀ, ਉਨਾ ਚਿਕਰ ਇਹ ਗੱਲ ਨਹੀਂ ਬਣੇਗਾ। ਇਸ ਪਿੰਡ ਚ ਐਸੀ ਕਿਹੜੀ ਖਾਸੀਅਤ ਹੈ ਜਿਹੜੀ ਪੰਜਾਬ ਦੇ ਹੋਰ ਕਿਸੇ ਪਿੰਡ ਚ ਨਹੀਂ? ਸੋ ਮੈਂ ਵਧਾਈ ਦੇਣਾ ਚਾਹੁੰਦਾ ਇੱਥੋਂ ਦੇ ਕੋਚ ਸਾਹਿਬ ਨੂੰ, ਇੱਥੋਂ ਦੀ ਸਮੁੱਚੀ ਜਿਹੜੇ ਸਾਡੇ ਸਕੂਲ ਦੇ ਟੀਚਰ ਸਾਹਿਬਾਨ ਨੇ, ਖਾਸ ਕਰਕੇ ਪਿੰਡ ਦੇ ਜਿਹੜੇ ਪੰਚਾਇਤੀ ਸੱਜਣ ਨੇ ਔਰ ਇਸ ਸੰਸਥਾ ਦੀ ਮਦਦ ਕਰਦੇ ਨੇ, ਮੈਂ ਉਹਨਾਂ ਨੂੰ ਅੱਗੇ ਸਿਰ ਚੁਕਾਉਣਾ ਕਿ ਇਹ ਬਹੁਤ ਪਹਿਲਕਦਮੀ ਹੈ। ਔਰ ਇਸ ਤਰ੍ਹਾਂ ਦੀਆਂ ਅਗਰ ਸਾਰੇ ਜਗ੍ਹਾ ਤੇ ਸਾਡੇ ਕੋਲ ਅਕੈਡਮੀਜ਼ ਹੋਣ ਤਾਂ ਅਸੀਂ ਨਵਾਂ ਪੰਜਾਬ ਸਿਰਜ ਸਕਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਤੁਸੀਂ ਬਹੁਤ ਚਰੇੜੀ ਪਿੰਡ ਦੇ ਲੋਕਾਂ ਨੇ ਵੋਟਾਂ ਪਾਈਆਂ। ਦੋ ਕਹਿੰਦੇ ਸੀ ਪਿੰਡਾਂ ਚੋਂ, ਬੇਬੇ ਕਹਿ ਰਹੀ ਆ, ਦੋ ਜਾਣੀਆਂ ਕਹਿੰਦੀਆਂ ਸਾਡਾ ਕੋਠੇ ਬੱਤੇ ਆ ਡਿੱਗਣ ਵਾਲੇ ਆ। ਮੈਂ ਸਕੀਮ ਚੈੱਕ ਕਰਦਾ, 650 ਪਿੰਡ ਆ, ਜੇ ਮੇਰੇ ਖਾਤੇ ਚ ਜਿਹੜੇ ਪੈਸੇ ਹੁੰਦੇ ਉਹਦੇ ਨਾਲ ਤੁਹਾਨੂੰ ਇਹ ਅਕੈਡਮੀ ਚੱਲ ਰਹੀਆਂ ਹਨ।